बस हुण होगा मेरा व्लॉग वायरल। ਸਸਕਾਲ ਜੀ, ਮੈਮਰੀ ਡੰਪ ਦੇਸੀ ਵਲੌਗਸ ਤੁਹਾਡਾ ਸਵਾਗਤ ਹੈ। ਆਹ ਦੇਖੋ ਹਰਮੀਤ ਦੇ ਘਰੇ। ਓ ਹਰਮੀਤ, ਭੱਜ ਗਿਆ। ਸਟਾਈਲ ਥੋੜਾ ਸਟਾਈਲ ਚੇਂਜ ਕਰਨਾ ਜ਼ਰੂਰੀ ਹੈ ਥੋੜਾ ਸਟਾਈਲ। ਚਲੋ ਫਿਰ ਤੋਂ ਇੰਟਰੋ ਕਰਦੇ ਹਾਂ। ਦੂਜੀ ਇੰਟਰੋ, ਪਹਿਲੀ ਇੰਟਰੋ ਵੀ ਵੈਸੇ ਮੈਮਰੀ ਡੰਪ ਦੇਸੀ ਵਲੌਗਸ ਤੁਹਾਡਾ ਸਵਾਗਤ ਹੈ। ਵੈਸੇ ਮੈਂ ਪਹਿਲੀ ਵਾਲੀ ਪਾਊਂਗਾ। ਓਏ ਕੈਨੇਡੀਅਨ ਆ ਗਿਆ ਦੇਖੋ। ਪਹਿਲਾਂ ਕਹਿੰਦਾ ਵੀ ਮੈਂ ਕੈਨੇਡੀਅਨ ਰੂਪ 'ਚ ਆਊਂਗਾ। ਓ ਯਾਰ ਫੇਰ ਹੀ, ਹਾਂ ਫੇਰ ਹੀ ਕਰਾਂਗੇ। ਆਪਣਾ ਆ ਹੈਗਾ ਜੀ ਅੰਕਿਤ ਸਿੰਘ ਭਰਦਵਾਜ ਸਿੰਘ ਤੇ ਭਰਦਵਾਜ ਇਕੱਠੇ। ਇਹ ਹੈਗਾ ਜੱਟ ਸ਼ਰਮਾ, ਕਿਉਂਕਿ ਤੁਹਾਨੂੰ ਥੋੜ੍ਹੇ ਟਾਈਮ ਬਾਅਦ ਪਤਾ ਚੱਲੂਗਾ ਇਹ ਜੱਟ ਸ਼ਰਮਾ ਕਿਉਂ ਆ। ਕਿਉਂ ਅੰਕਿਤ? ਨਹੀਂ ਮੇਰੇ ਅੱਜ ਕੁਛ ਨਹੀਂ ਪਤਾ ਲੱਗਣ ਦੇ। ਅੱਛਾ, ਅੱਜ ਨਹੀਂ ਪਤਾ ਲੱਗਣ ਦੇ। ਮਿੰਨੀ ਵਲੌਗ, ਪਹਿਲਾਂ ਮਿੰਨੀ ਵਲੌਗ। ਵੀਡੀਓ ਤੇ ਫੂਕ ਮਾਰਨੀ ਸਿੱਖੀ ਹੈ। ਸੱਚੀ ਸਿੱਖੀ ਹੈ। ਆ ਚੱਕ ਦੇਖੋ ਜੀ, ਦੇਖੋ ਅੱਖ ਚਮਰੋ ਵੀਰੇ, ਅੱਖ ਧੋਇਆ ਤੂੰ? ਨਾ ਨਾ, ਸਪੈਸ਼ਲ ਜੀ ਪਹਿਲਾਂ ਡੇਢ ਘੰਟਾ ਲਾ ਕੇ ਜਾਲੀ ਲੈ ਕੇ ਆਉਂਦੀ, ਕੋਈ ਸੀਗਾ ਹੀ ਨਹੀਂ ਸੀਗਾ। ਉਹ ਸਿੱਖਾਂ ਦੇ ਤਾਂ ਬਹੁਤ ਔਖਾ ਹੋ ਜਾਏਗਾ ਪਲੇਟ ਬਣਾਉਣਾ। ਤੇ ਜਾਲੀ ਕਿੱਥੋਂ ਲੈ ਗਿਆ ਫਿਰ ਤੁਸੀਂ? ਮੇਰਾ ਹੀ ਵੈਲਡਿੰਗ ਵਾਲੀਆਂ ਦੁਕਾਨਾਂ ਲੱਭੀਆਂ ਤੇ ਫਾਈਨਲੀ ਫਿਰ ਬਹੁਤ ਮੁਸ਼ਕਲ ਹੋਈ। ਮੁਸ਼ਕਲ ਤੋਂ ਬਾਅਦ ਸਾਨੂੰ ਜਾ ਕੇ ਦੁਕਾਨ ਲੱਭੀ ਜਿਹੜਾ ਕਹਿੰਦਾ ਕਿ ਭਾਜੀ ਹੈਗੀ ਹੈ। ਤੇ ਭਾਜੀ ਬਾਰਬੀਕਿਊ ਪਹਿਲਾਂ ਤੋਂ ਪਿਆ ਸੀ ਤੁਹਾਡੇ ਕੋਲ? ਬਾਰਬੀਕਿਊ ਜੀ ਜਾਂ ਪਹਿਲੀ ਵਾਰ ਭਾਜੀ ਬਾਰਬੀਕਿਊ ਸਿੰਸ 2016 ਹਰਮੀਤ ਜੀ ਕਿਹੜੇ ਸੀਖ ਹੈ? ਚਿਕਨ ਸੀਖ। ਇਹ ਟ੍ਰਾਇਲ ਹੈ ਜੀ। ਓ ਹੋ ਹੋ, ਬਾਬੇ ਅੰਕਿਤ ਦੀ ਫੁਟੇਜ ਕਿੰਨੀ ਸਹੀ ਆ ਰਹੀ ਹੈ। ਆਹ ਦੇਖ ਇੱਧਰ ਆ ਕੇ, ਉਹ ਬਾਹ ਨੂੰ ਨਾ ਲਵਾ ਲਈ ਤੂੰ। ਫਿਰ ਵੀ ਬਹੁਤ ਸਹੀ ਤਾਂ ਇੰਨਾ ਬਲ ਗਿਆ ਆਂਟੀ ਦੀ ਬਦੌਲਤ। ਆਂਟੀ ਨੇ ਕੀ ਕੀਤਾ, ਪਾਥੀ ਲਈ ਉਹਦੇ ਉੱਤੇ ਥੋੜਾ ਜਿਹਾ ਮਿੱਟੀ ਦਾ ਤੇਲ। ਅੱਛਾ, ਐਂਡ ਉਸ ਮਿੱਟੀ ਦੇ ਤੇਲ ਨੂੰ ਅੱਗ ਲੱਗੀ, ਉਸ ਤੋਂ ਬਾਅਦ ਲੱਕੜ ਨੂੰ ਅੱਗ ਲਗਾਉਣੀ ਸ਼ੁਰੂ ਕੀਤੀ, ਉਸ ਤੋਂ ਬਾਅਦ ਦਾ ਪ੍ਰੋਸੈਸ। ਹਾਂ, ਕਿਉਂਕਿ ਮੈਂ ਵੈਸੇ ਲੇਟ ਕਹਿ ਕੇ 15-20 ਮਿੰਟ 'ਚ ਹੀ ਆ ਗਿਆ ਤੇ ਉਦੋਂ ਨੂੰ ਤੁਸੀਂ ਬਾਹਰ ਲਈ ਸੀ। ਹਰਮੀਤ ਦੇ ਬਚਪਨ ਦਾ ਟੇਬਲ ਜਿਹੜਾ ਹਰਮੀਤ ਕਹਿੰਦਾ ਕਦੇ ਪੜ੍ਹਨ ਲਈ ਵਰਤਣਾ ਸੀ ਜੋ ਕਿ ਵਰਤਿਆ ਨਹੀਂ ਗਿਆ, ਪਰ ਅੱਜ ਵਰਤਿਆ ਜਾਊਗਾ। ਪੜ੍ਹਾਈ ਦੇ ਨਾਲ ਅਸਰ ਹੋ ਗਈ ਪੂਰੀ। ਹਾਂ, ਉਸ ਬਾਅਦ ਵੀ ਵੈਲ ਐਜੂਕੇਟਡ। ਇਹ ਵੀ ਜ਼ਰੂਰੀ ਹੁੰਦਾ ਫਿਰ, ਹਰ ਫੇਜ਼ ਲਾਈਫ ਦਾ ਜ਼ਰੂਰੀ ਆ। ਹਾਂ, ਇਹਦਾ ਸੈਂਕ ਲਾ ਲਾ ਥੋੜਾ ਜਿਹਾ ਤੇ ਰੱਖਣਾ ਪੈ ਗਿਆ, ਰੱਖ ਦੇਵਾਂਗੇ ਇੱਧਰ ਨੂੰ ਬੁਲਾ ਲਈ ਇੰਨੀ ਜ਼ਰੂਰੀ ਨਹੀਂ ਹੁੰਦੀ। ਜੀ ਸੀਖ ਕਬਾਬ ਹੋ ਗਏ, ਚਿਕਨ ਸੀਖ ਕਬਾਬ, ਤੇ ਹੁਣ ਅਗਲੀ ਵਾਰੀ ਹੈਗੀ ਹੈ ਫਿਸ਼ ਦੀ। ਲਪਟਾਂ ਨਾਲ ਖੇਡਦੇ ਹੋਏ ਅੰਕਿਤ ਜੀ, ਅੱਗ ਦੀਆਂ ਲਪਟਾਂ ਨਾਲ ਖੇਡਦੇ ਹੋਏ। ਥੋੜਾ ਜਿਹਾ ਫਿਸ਼ ਜਲ ਗਈ ਆ, ਪਰ ਕੋਈ ਨਾ, ਅਸੀਂ ਫਿਰ ਤੋਂ ਹੁਣ ਮਤਲਬ ਐਕਸਪੀਰੀਅੰਸ ਨਾਲ ਬੰਦਾ ਸਿੱਖਦਾ, ਇਹੀ ਕਹਿ ਰਿਹਾ ਸੀ ਸੈਣੀ। ਤੇ ਹੁਣ ਅਸੀਂ ਕਿਹਾ ਵੀ ਉਧਰਲੇ ਪਾਸੇ ਨੀ, ਥੋੜਾ ਜਿਹਾ ਕੋਲਿਆਂ ਤੋਂ ਇੱਧਰ ਨੂੰ ਰੱਖਦੇ ਆ ਇਹ ਵਾਲਾ ਫਿਸ਼, ਹੁਣ ਇਹ ਇਕੱਲੇ ਨੂੰ ਪਕਾ ਕੇ ਦੇਖਦੇ ਆ। ਹੁਣ ਸੀਖ ਬੜੇ ਸਵਾਦ ਸੀਗੇ, ਉਹ ਅਸੀਂ ਖਾ ਕੇ ਹਟਿਆ ਹੁਣੀ। ਕਿਉਂ ਅੰਕਿਤ ਜੀ? ਦੁਬਾਰ ਤੋਂ ਵੀ ਖਵਾਵਾਂਗੇ ਤੁਹਾਨੂੰ। ਦੁਬਾਰ ਤੋਂ ਵੀ ਖਵਾਵਾਂਗੇ। ਇਹ ਬਿਲਕੁਲ ਸਹੀ ਬਣ ਗਿਆ, ਤੇ ਹਰਮੀਤ ਸਿੰਘ ਕਹਿੰਦੇ ਹੁਣ ਆਪਾਂ ਇਹਨਾਂ ਨੂੰ ਪਾ ਸਕਦੇ ਆ। ਅਸਲ ਹਰਮੀਤ ਜੀ ਨੇ ਉਸ ਟਾਈਮ ਜ਼ਿਆਦੇ, ਅਜੇ ਹੁਣ ਵੀ ਨਾ ਜ਼ਿਆਦੇ ਨਾ ਪਾ, ਦੋ ਦੋ ਚਾਰ ਚਾਰ ਪੀਸ ਕਰਕੇ ਪਾ, ਵਧੀਆ ਨਹੀਂ ਪਰ ਨਹੀਂ, ਹੁਣ ਹੁਣ ਸਹੀ ਆ, ਹੁਣ ਨਹੀਂ ਉਹ ਹੁੰਦਾ ਕੰਮ। ਪਰ ਗੱਲ ਵੈਸੇ ਅੰਕਿਤ ਦੀ ਵੀ ਸਹੀ ਆ ਵੀ ਤਾਂ ਹੀ ਹਜੇ ਵੀ ਚਾਰ ਕੀ ਪਾ ਇੱਧਰ ਨੂੰ ਰੱਖ ਦੇ ਪਾਣੀ ਵਾਲੀ ਭਾਗ ਨਾਲ ਮੇਰੇ ਦਿੱਤੇ ਦੋ ਲੈ ਜੀ।
ਹਾਂ ਆ ਕੀਤੀ ਨਾ ਸਿਆਣੀ ਗੱਲ ਐ ਤਾਂ ਕੈਨੇਡੀਅਨ ਨੂੰ ਪਤਾ ਇੰਟੈਲੀਜੈਂਟ ਲੋ ਜੀ ਇਸ ਵਾਰ ਸਹੀ ਹੋਈ ਹੈ ਤੇ ਹੁਣ ਲਾਸਟ ਸੈਟਿਕਸ ਤੋਂ ਵੀ ਹਰਮੀਤ ਸਿੰਘ ਦਾ ਕਹਿਣਾ ਵੀ ਹੁਣ ਇਹ ਬਿਲਕੁਲ ਹੀ ਪਰਫੈਕਟ ਹੋਊਗਾ ਕਿਉਂ ਹਰਮੀਤ ਸਿੰਘ ਸਹੀ ਗੱਲ ਪਰ ਜਿਹੜੇ ਮੈਨੂੰ ਲੱਗਦਾ ਇਹੀ ਲਾਸਟ ਸੈਟ ਇਹੀ ਅੱਜ ਦਾ ਲਾਸਟ ਸੈਟ ਹੈ ਤੇ ਅਗਲੀ ਵਾਰੀ ਪ੍ਰੋਗਰਾਮ ਆਪਾਂ ਦੂਜਾ ਥੋੜਾ ਵੱਡਾ ਰੱਖਾਂਗੇ ਤੇ ਉੱਪਰ ਬਾਰਬੀਕਿਊ ਵਾਲਾ ਪ੍ਰੋਗਰਾਮ ਥੋੜਾ ਦੇ ਨਾਲ ਕੱਲਾ ਹੀ ਬਾਰਬੀਕਿਊ ਨਹੀਂ ਕੱਲਾ ਹੀ ਬਾਰਬੀਕਿਊ ਉਹੀ ਕੱਲਾ ਬਾਰਬੀਕਿਊ ਕੱਲਾ ਬਾਰਬੀਕਿਊ ਰੱਖਾਂਗੇ ਸਭ ਤੋਂ ਲਾਸਟ ਵਾਲਾ ਸਭ ਤੋਂ ਵਧੀਆ ਬਣਿਆ ਕਿਉਂ ਹਰਮੀਤ ਸਿੰਘ ਸਹੀ ਗੱਲ ਹੈ ਤੇ ਹੌਲੀ ਹੌਲੀ ਉਹ ਸੁਲਝਦੀ ਅੱਗ ਤੇ ਬਣ ਰਿਹਾ ਸੁਲਗਦੀ ਜਿਹਨੇ ਰਾਈਟ ਵਾਰਡ ਯੂਜ਼ ਕੀਤਾ ਤੇ ਬਟ ਹੁਣ ਇਸ ਤੋਂ ਬਾਅਦ ਆਪਾਂ ਬੰਦ ਹੀ ਕਰ ਰਹੇ ਹਾਂ ਅੱਜ ਵਾਸਤੇ ਆਪਾਂ ਅਗਲੀ ਵਾਰੀ ਛੇਤੀ ਜਲਦੀ ਦੋ ਤਿੰਨ ਦਿਨਾਂ 'ਚ ਦੁਬਾਰਾ ਥੋੜ੍ਹੀ ਸ਼ੁਰੂ ਤੋਂ ਪ੍ਰੈਪਰੇਸ਼ਨ ਕਰਕੇ ਬਣਾ ਕੇ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਪੂਰਾ ਦਿਨ ਪਲੈਨ ਕੀਤਾ ਬਾਰਬੀਕਿਊ ਕਰਨ ਵਾਸਤੇ ਨਾਲੇ ਇਕੱਲਾ ਬਾਰਬੀਕਿਊ ਕਰਨਾ ਥੋੜ੍ਹਾ ਹੋਰ ਸਮਾਨ ਵੀ ਚਾਹੀਦਾ ਹੋਏਗਾ ਠੀਕ ਹੈ ਅਸੀਂ ਅਗਲੀ ਵਾਰੀ ਜ਼ਰੂਰ ਮਿਲਾਂਗੇ ਤੁਹਾਨੂੰ ਨਾਲੇ ਪੂਰਾ ਪ੍ਰੋਪਰ ਦੱਸਾਂਗੇ ਕਿਵੇਂ ਮੈਰੀਨੇਟ ਕੀਤਾ ਕੀ ਕੁਛ ਪਾਇਆ ਮੈਰੀਨੇਸ਼ਨ 'ਚ ਨਾਲੇ ਥੋੜ੍ਹੀਆਂ ਨਵੀਆਂ ਚੀਜ਼ਾਂ ਵੀ ਐਡ ਕਰਾਂਗੇ ਚਿਕਨ ਨਾਲ ਹੈਲੋ ਜੀ ਮਿਲਦੇ ਹਾਂ ਫਿਰ ਬਹੁਤ ਛੇਤੀ ਨਵੇਂ ਵਲੋਗ ਨਾਲ ਹਰਮੀਤ ਨੇ ਜਿਵੇਂ ਦੱਸਤਾ ਵੀ ਅਗਲਾ ਵਲੋਗ ਫਿਰ ਤੋਂ ਇਹਦੇ ਹੀ ਘਰੇ ਪਰ ਉੱਪਰਲੇ ਪਾਸੇ ਜਿੱਥੇ ਥੋੜ੍ਹਾ ਜ਼ਿਆਦਾ ਖੱਪ ਖਾਣਾ ਪਊਗਾ ਮਿਲਦੇ ਹਾਂ ਉਨੇ ਟਾਈਮ ਲਈ ਲਾਈਕ ਸਬਸਕ੍ਰਾਈਬ ਸ਼ੇਅਰ ਮੈਮਰੀ ਡੰਪ ਦੇਸੀ ਵਲੋਗਸ